ਹੈ ਨਾ, ਉਹਨਾਂ ਨੇ ਖੁਸ਼ੀ ਪੰਜਾਬਣ, ਨਹੀਂ ਪਾਪਾ ਕੋਈ ਆਈ ਡੋਂਟ ਨੋ ਕੌਣ ਹੈ, ਖੁਸ਼ੀ ਨਰੂਲਾ, ਮੋਮ ਡੈਡ ਪਰਮਾਨੈਂਟ ਇੰਡੀਆ ਆ ਰਹੇ ਆ ਜਾਂ ਨਹੀਂ, ਜੇ ਆ ਰਹੇ ਆ ਤਾਂ ਰੀਜ਼ਨ। So hey guys, welcome back to Mr. Mrs. Narula YouTube channel. ਅੱਜ ਤੁਸੀਂ ਸਾਡੇ ਚੈਨਲ ਤੇ ਮਿਲੋਗੇ ਵੱਡੇ Mr. Mrs. Narula ਨੂੰ, ਤੇ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਅਸੀਂ ਕੁਐਸਚਨ ਆਨਸਰ ਵਲੌਗ ਲੈ ਕੇ ਆਏ ਮੰਮਾ ਪਾਪਾ ਦਾ, ਤੇ ਜਿਨ੍ਹਾਂ ਨੇ ਵੀ ਕੁਐਸਚਨਸ ਡਰੋਪ ਕੀਤੇ ਸੀ ਦੂਜੇ ਵਲੌਗ ਤੇ ਉਹ ਸਾਰੇ ਕੁਐਸਚਨਸ, ਬਾਕੀ ਸਨੈਪਚੈਟ ਤੇ ਵੀ ਕੁਐਸਚਨਸ ਡਰੋਪ ਕੀਤੇ ਸੀ, ਸਾਰੇ ਕੁਐਸਚਨਸ ਮਿਕਸ ਕਰਕੇ ਅਸੀਂ ਪੁੱਛਾਂਗੇ, ਤੇ ਕੈਮਰਾਮੈਨ ਸੇਜਲ ਦੇ ਨਾਲ ਰੀਤ ਨਰੂਲਾ, ਸਟੇ ਟਿਊਨਡ। ਸੋ ਗਾਇਸ ਅਸੀਂ ਕੁਐਸਚਨਸ ਲਿਖ ਲਏ ਆ, ਤੇ ਹੈਲੋ ਮੰਮਾ ਪਾਪਾ, ਹੈਲੋ। ਸੋ ਗਾਇਸ ਵੱਡੇ ਮਿਸਟਰ ਮਿਸਿਸ ਨਰੂਲਾ ਆ ਗਏ ਨੇ ਤੇ ਆਪਾਂ ਕੁਐਸਚਨ ਪੁੱਛਣੇ ਸ਼ੁਰੂ ਕਰਨ ਲੱਗੇ। ਮੈਂ ਕੁਐਸਚਨ ਦੱਸੇ ਨਹੀਂ ਉਹਨਾਂ ਨੂੰ, ਮੈਂ ਚਾਹੁੰਦੀ ਸੀਗੀ ਕਿ ਨੈਚੁਰਲੀ ਆਨਸਰ ਦੇਣ ਉਹ ਸਾਰੇ। ਸੋ ਆਪਾਂ ਸਟਾਰਟ ਕਰੀਏ। ਯੈਸ ਓਕੇ। ਸਭ ਤੋਂ ਪਹਿਲਾ ਕੁਐਸਚਨ ਸਨੇਹਾ ਨੇ ਪੁੱਛਿਆ ਸੀਗਾ ਵੀ ਤੁਸੀਂ ਦੋਨੋਂ ਕਿੰਨੀਆਂ ਕੰਟਰੀਜ਼ ਵਿਜ਼ਿਟ ਕਰ ਚੁੱਕੇ ਹੋ। ਨਹੀਂ ਸਨੇਹਾ ਕਹੀ, ਦੱਸੋ ਕਿੰਨੀਆਂ ਕੰਟਰੀਜ਼। ਸਿੰਗਾਪੁਰ, ਮਲੇਸ਼ੀਆ, ਆਸਟ੍ਰੇਲੀਆ, ਕੈਨੇਡਾ ਤੋਂ ਅਸੀਂ ਆ ਚੁੱਕੇ ਹਾਂ, ਬੈਂਕਾਕ ਵੀ ਗਏ ਸੀ, ਉੱਥੇ ਕਿਹੜਾ ਥਾਈਲੈਂਡ, ਓਕੇ ਉੱਥੇ ਮੈਂ ਗਿਆ ਸੀ, ਹੋਰ ਬਸ ਚਾਰ ਪੰਜ, ਇੰਡੋਨੇਸ਼ੀਆ, ਇੰਡੋਨੇਸ਼ੀਆ ਹਾਂ, ਚਾਰ ਪੰਜ ਕੰਟਰੀਆਂ ਅਸੀਂ ਘੁੰਮ ਚੁੱਕੇ ਹਾਂ। ਉਹ ਜਿਹੜਾ ਫੈਰੀ ਜੇ ਤੇ ਗਏ ਸੀ ਉਹ ਕਿੱਥੇ ਸੀਗਾ? ਮਲੇਸ਼ੀਆ ਸੀਗਾ। ਓਕੇ ਓਕੇ ਚਲੋ ਠੀਕ ਹੈ ਠੀਕ ਹੈ। ਸੋ ਇਸ ਕੰਟਰੀਜ਼ ਤੁਸੀਂ ਕਾਊਂਟ ਕਰ ਲਓ, ਮੰਮਾ ਉਹਨਾਂ ਨੇ ਦੱਸਤੀਆਂ ਨੇ। ਤੇ ਨੈਕਸਟ ਕੁਐਸਚਨ ਗੁਰਪ੍ਰੀਤ ਨੇ ਪੁੱਛਿਆ ਪਾਪਾ ਲਈ ਵੀ ਤੁਸੀਂ ਜ਼ਿਆਦਾ ਪਿਆਰ ਸਿੰਮੂ ਨੂੰ ਕਰਦੇ ਹੋ ਕਿ ਸੈਮ ਨੂੰ ਕਰਦੇ ਹੋ? ਸਮਰੀਤ ਨੂੰ ਕਹਿ ਨੀ ਹੁੰਦਾ ਗਾ ਕਿਉਂਕਿ ਮੁੰਡਿਆਂ ਨੂੰ ਕਿਹਾ ਨੀ ਜਾਂਦਾ ਗਾ, ਆਪਾਂ ਨਹੀਂ ਜਿਆਦਾ ਦੱਸ ਸਕਦੇ, ਤੇ ਸਿਮਰਨ ਦਾ ਥੋੜਾ ਸ਼ੋ ਜਿਹਾ ਹੋ ਜਾਂਦਾ ਕੁੜੀ ਕਰਕੇ। ਸੋ ਸੈਮੀ ਨੂੰ ਇਹ ਕੁਐਸਚਨ ਸੁਣ ਕੇ ਬਹੁਤ ਵਧੀਆ ਫੀਲ ਹੋ ਗਿਆ, ਮੈਨੂੰ ਪੱਕਾ ਪਤਾ। ਸੋ ਨੈਕਸਟ ਕੁਐਸਚਨ ਆਪਣਾ ਹੈਗਾ ਸਿਆਲ ਵੱਲੋਂ, ਉਹਨਾਂ ਨੇ ਪੁੱਛਿਆ ਬਿੰਦੂ ਮੰਮਾ ਤੁਹਾਨੂੰ ਕਪਿਲ ਪਾਪਾ ਦੀ ਕਿਹੜੀ ਸਭ ਤੋਂ ਜ਼ਿਆਦਾ ਡਿਸ਼ ਫੇਵਰੇਟ ਹੈ, ਫੇਵਰੇਟ ਜਿਹੜੀ ਉਹ ਬਣਾਉਂਦੇ ਆ ਸਾਰੀਆਂ? ਵੈਸੇ ਸਹੀ ਗੱਲ ਆ, ਵੈਸੇ ਤਾਂ ਮੈਨੂੰ ਸਾਰੀਆਂ ਬਹੁਤ ਵਧੀਆ ਲੱਗਦੀਆਂ ਵਾ, ਪਰ ਇਹਨਾਂ ਨੂੰ ਪਤਾ ਕਿ ਮੈਨੂੰ ਮਸ਼ਰੂਮ ਜ਼ਿਆਦਾ ਟੇਸਟੀ ਲੱਗਦਾ, ਤੇ ਮੇਰੇ ਲਈ ਸਪੈਸ਼ਲ ਮਸ਼ਰੂਮ ਵਾਲੀ ਡਿਸ਼ ਬਣਾ ਕੇ ਦਿੰਦੇ ਹੁੰਦੇ, ਮੈਨੂੰ ਬਹੁਤ ਹੀ ਸਵਾਦ ਲੱਗੀ, ਮੈਨੂੰ ਅੱਜ ਪਤਾ ਲੱਗਿਆ ਮੰਮਾ ਨੂੰ ਮਸ਼ਰੂਮ ਪਸੰਦ ਹੈ। ਓਕੇ ਸੋ ਆਪਣਾ ਨੈਕਸਟ ਕੁਐਸਚਨ ਸੀ ਆ ਚੱਡਾ ਵੱਲੋਂ, ਆ ਸਾਰੇ ਐਸ ਵਾਲੇ ਹੀ ਆ ਜਿਹੜੇ ਕੁਐਸਚਨ ਪੁੱਛ ਰਹੇ, ਤੁਹਾਡੇ ਦੋਨਾਂ ਦੀ ਕੁਆਲੀਫਿਕੇਸ਼ਨ ਕੀ, ਤੁਸੀਂ ਕਿੰਨਾ ਕਿੰਨਾ ਪੜ੍ਹੇ ਹੋ? ਮੈਂ ਪੜ੍ਹਿਆ ਜੀ ਐਮ ਏ ਬੀ ਐਡ ਝੂਠ ਬੋਲ ਕੇ, ਮੈਂ ਪਲੱਸ ਟੂ ਹੀ ਆ। ਨਹੀਂ ਤੁਸੀਂ ਫਸਟ ਈਅਰ ਤਾਂ? ਫਸਟ ਈਅਰ ਫਿਰ ਮੇਰਾ ਵਿਆਹ ਹੋ ਗਿਆ ਸੀਗਾ। ਓਕੇ ਮੇਰਾ ਤਾਂ ਹੋਇਆ ਸੀ, ਗ੍ਰੈਜੂਏਸ਼ਨ ਕੰਪਲੀਟ ਨਹੀਂ, ਪਲੱਸ ਟੂ ਤੋਂ ਬਾਅਦ ਬਸ ਫਸਟ ਈਅਰ ਚ 6 ਮਹੀਨੇ ਗਿਆ ਬਸ। ਤੇ ਮੰਮਾ? ਮੈਂ ਵੀ ਪਲੱਸ ਟੂ ਹੀ। ਠੀਕ ਹੈ ਠੀਕ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਵਾ ਚੰਨੀ, ਚੰਨੀ ਕੌਰ ਕਰਕੇ ਸੀਗਾ ਨਾਮ, ਇਹ ਚੰਨੀ ਹੋਣਾ ਮੁੱਖ ਮੰਤਰੀ ਚੰਨੀ ਜਿਹੜੇ ਸੀਗੇ ਪਹਿਲਾਂ ਆਪਣੇ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਲਿਖਿਆ ਸੀ ਬਿੰਦੂ ਮੰਮਾ ਐਂਡ ਕਪਿਲ ਪਾਪਾ ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਹੈ? ਵੈਸੇ ਤੁਹਾਨੂੰ ਦੇਖ ਕੇ ਕੀ ਲੱਗਦਾ ਵਾ? ਸਿਰਫ ਇੰਨਾ ਹੀ ਦੱਸਿਆ ਕਿਉਂਕਿ ਅੱਗੇ ਕੁਐਸਚਨ ਹੈ ਸਾਰੇ, ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕੀ ਲੱਗਦਾ ਹੁੰਦਾ ਕਿ ਸਾਡੀ ਲਵ ਆ ਕਿ ਅਰੇਂਜ ਹੈ? ਸਾਰੇ ਕਮੈਂਟ ਕਰਿਓ, ਹੁਣ ਅਸੀਂ ਤੁਹਾਨੂੰ ਕੁਐਸਚਨ ਪੁੱਛ ਕਰ ਪੁੱਛਦੇ ਪਏ, ਹਾਂ ਤੁਸੀਂ ਦੱਸਿਓ ਕੀ ਹੈ, ਹਾਂ ਇਹ ਤੁਸੀਂ ਦੱਸਿਓ। ਓਕੇ ਨੈਕਸਟ ਕੁਐਸਚਨ ਕੋਮਲ ਨੇ ਪੁੱਛਿਆ ਕਪਿਲ ਪਾਪਾ ਨੇ ਕੁਕਿੰਗ ਕਿਵੇਂ ਸਿੱਖੀ?
ਕੁਝ ਪਾਪਾ ਨੇ ਸਿੱਖੀ ਕੁਕਿੰਗ ਸਿਨੇਮਨ ਰੇਜੰਸੀ ਆਪਣੇ ਜਗਰਾਉਂ, ਉੱਥੇ ਇੱਕ ਕੁੱਕ ਹੈਗਾ ਬਹੁਤ ਵਧੀਆ, ਉਹਨੂੰ ਘਰੇ ਬੁਲਾ ਬੁਲਾ ਕੇ ਅਸੀਂ ਸਿਨੇਮਨ ਰੇਜੰਸੀ ਜਾਂਦੇ ਸੀ, ਉੱਥੇ ਦਾ ਖਾਣਾ ਬਹੁਤ ਵਧੀਆ ਲੱਗਦਾ ਸੀ ਸਾਨੂੰ, ਅਤੇ ਮੇਰੇ ਖਿਆਲ 15 ਸਾਲ ਪਹਿਲਾਂ ਦੀ ਗੱਲ ਆ, ਫਿਰ ਅਸੀਂ ਉਹਨੂੰ ਘਰੇ ਬੁਲਾ ਕੇ ਉੱਥੇ ਦੇ ਕੁੱਕ ਨੂੰ, ਅਤੇ ਉਹ ਤੋਂ ਸਿੱਖੀ। ਇੰਟਰਸਟ ਕਿਵੇਂ ਪਿਆ ਇਹ ਵੀ ਮੈਂ ਦੱਸਦੀ ਹਾਂ। ਉਹ ਨਹੀਂ ਹੁੰਦਾ ਹੁੰਦਾ ਕਿ ਬੇਲਣਾ ਨਹੀਂ ਹੁੰਦਾ, ਬੇਲਣਾ ਨਹੀਂ ਬੇਲਣਾ ਨਹੀਂ, ਇਹਨਾਂ ਦੇ ਦਾਦਾ ਜੀ ਨੂੰ ਬਹੁਤ ਸ਼ੌਂਕ ਸੀ ਕੁਕਿੰਗ ਦਾ, ਉਹਨਾਂ ਤੋਂ ਹੀ ਇਹਨਾਂ ਨੇ ਸਿੱਖਿਆ। ਮਤਲਬ ਜੀਨਸ ਨਹੀਂ ਹੁੰਦੇ ਜਿਹੜੇ ਕਹਿੰਦੇ ਹੁੰਦੇ ਫੈਮਿਲੀ 'ਚ ਆਉਂਦੇ ਆ, ਕਿ ਦਾਦਾ ਜੀ ਜਿਹੜੇ ਪਾਪਾ ਜੀ ਸਾਡੇ ਉਹ ਬਹੁਤ ਅੱਛੀ ਕੁਕਿੰਗ ਕਰਦੇ ਸੀਗੇ, ਤੇ ਇਹਨਾਂ 'ਚ ਵੀ ਆ ਗਏ। ਕਾਸ਼ ਸੈਮੀ 'ਚ ਵੀ ਆ ਜਾਣ ਥੋੜ੍ਹੇ ਜਿਹੇ ਉਹਦੇ 'ਚ ਵੀ ਆ। ਸੋ ਨੈਕਸਟ ਕੁਐਸਚਨ ਹੈਗਾ ਸਾਕਸ਼ੀ ਵੱਲੋਂ, ਪਹਿਲਾਂ ਪ੍ਰਪੋਜ਼ ਕਿਹਨੇ ਕੀਤਾ ਸੀ ਤੁਹਾਡੇ ਤਰਫੋਂ? ਚੋ ਮੈਂ ਤਾਂ ਪਤਾ ਲੱਗ ਜਾਊਗਾ ਅੱਗੇ, ਚਲੋ ਤੱਕ ਤਾਂ ਗੈਸ ਕਰ ਲਿਆ ਹੋਣਾ ਸਭ ਨੇ, ਦੱਸਣਾ ਹੀ ਪੈਣਾ ਆਪਾਂ ਨੂੰ। ਪ੍ਰਪੋਜ਼ ਕੀਤਾ ਸੀ ਬਾਬੂ ਜੀ ਧੀਰੇ ਚੱਲਣ ਯਾਰ ਨਹੀਂ ਵੇਟ ਵੇਟ ਇਹ ਦੱਸਣਾ ਅੱਗੇ ਹੈ ਹੀ ਕੁਛ, ਬਸ ਤੁਸੀਂ ਨਾ ਦੱਸੋ ਕਿਹਨੇ ਕੀਤਾ ਸੀ। ਓ ਮਾਈ ਗਾਡ, ਇਹ ਵੀ ਸਾਨੂੰ ਪਤਾ ਲੱਗ ਰਿਹਾ ਅੱਜ? ਨਹੀਂ ਤੁਸੀਂ ਤੁਸੀਂ ਆ ਦੇਖੀ ਗਾਈਸ, ਇਦੋਂ ਬਾਅਦ ਇਹਨਾਂ ਦੀ ਲੜਾਈ ਹੋ ਜਾਣੀ ਹੈ ਤੁਸੀਂ। ਓਕੇ, ਹੁਣ ਆਪਣਾ ਨੈਕਸਟ ਕੁਐਸਚਨ ਹੈ ਜਸਮੀਨ ਵੱਲੋਂ, ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਵੇਂ ਮਿਲੇ ਸੀ। ਨਾਓ ਯੂ ਕੈਨ ਐਕਸਪਲੇਨ ਬ੍ਰੀਫਲੀ। ਬਹੁਤ ਵੱਡੀ ਸਟੋਰੀ ਹੈ, ਤੁਹਾਨੂੰ ਕਿਸੇ ਵਿਆਹ 'ਚ ਮਿਲੇ ਸੀ? ਹਾਂ, ਕਿਸੇ ਮੈਰਿਜ 'ਤੇ ਮਿਲੇ ਸੀ ਅਸੀਂ। ਠੀਕ ਹੈ, ਤੇ ਇੱਕ ਜਸ ਨੇ ਪੁੱਛਿਆ ਵੀ ਤੁਹਾਡੀ ਲੜਾਈ ਹੁੰਦੀ ਹੈ ਦੋਨਾਂ ਦੀ? ਜਸ ਮਾਨਕ ਨੇ ਨਹੀਂ ਮਨਿਤ ਨੇ ਪੁੱਛਿਆ ਤੁਹਾਡਾ ਵਿਆਹ ਕਿਹੜੇ ਈਅਰ ਚ ਹੋਇਆ ਸੀ? 1999 ਸ਼ਾਲੂ ਪ੍ਰੀ ਨੇ ਪੁੱਛਿਆ ਵੀ ਬਿੰਦੂ ਮੰਮਾ ਦੀ ਸਕਿਨ ਕੇਅਰ ਰੁਟੀਨ ਕੀ ਹੈ, ਤੁਸੀਂ ਇੰਨੇ ਸੋਹਣੇ ਕਿਵੇਂ ਹੋ? ਇਹ ਨਹੀਂ ਦੱਸ ਸਕਦੀ, ਮੈਂ ਦੱਸ ਸਕਦਾ ਸਕਿਨ ਕੇਅਰ ਇੱਦਾਂ ਹੀ, ਇਹਨੂੰ ਇੱਕ ਮੈਂ ਉਹ ਪਿਆਨਾ ਹੁੰਦਾ ਬਣਾ ਕੇ, ਬਹੁਤ ਵਧੀਆ ਚੀਜ਼, ਤੁਹਾਨੂੰ ਵੀ ਮੈਂ ਰੈਸਪੀ ਦੱਸੂਗਾ ਜਿਹਦੇ ਨਾਲ ਸਕਿਨ ਤੇ ਗਲੋ ਆ ਜਾਂਦੀ ਆ। ਠੀਕ ਹੈ ਜੀ, ਇੰਗਰੀਡੀਐਂਟ ਦੱਸ ਦਿਓ ਕਿਹੜੀ ਮੇਨ ਚੀਜ਼? ਖੀਰਾ ਵਗੈਰਾ ਪੈਂਦਾ ਉਹਦੇ ਵਿੱਚ। ਓਕੇ, ਖੀਰਾ ਕਾਫੀ ਕੁਝ ਪੈਂਦਾ, ਮੈਂ ਦੱਸ ਦੂੰਗਾ। ਤੇ ਹੋਰ ਪਲੱਸ ਇਹਨੂੰ ਚਿੱਲੇ ਖਵਾਈਦੇ ਆ, ਵਧੀਆ ਵਧੀਆ ਸਕਿਨ ਲਈ ਦੀ ਡਾਈਟ, ਸਕਿਨ ਲਈ ਨਾ, ਮੈਂ ਸਕਿਨ ਤਾਂ ਹੀ ਵਧੀਆ ਰਹਿੰਦੀ ਆ ਨਾ ਜੇ ਤੁਹਾਡਾ ਫੂਡ ਵਧੀਆ ਹੋਵੇ। ਨਹੀਂ, ਮੈਂ ਨਾ ਜ਼ਿਆਦਾ ਪਪਾਇਆ ਖਾਂਦੀ ਆ ਹਰ ਰੋਜ਼, ਕਿਤੇ ਪਵਾਂ ਨਾਗਾ ਪੈ ਜਾਵੇ ਕਿਤੇ ਪਵਾਂ, ਨਹੀਂ ਤਾਂ ਮੈਂ ਰੋਜ਼ ਪਪਾਇਆ ਖਾਂਦੀ ਹੀ ਖਾਂਦੀ ਹਾਂ। ਤੇ ਇੱਕ ਮੇਰੀ ਰੁਟੀਨ ਹੈ ਕਿ ਸਵੇਰ ਉੱਠਦੇ ਸਾਰ ਮੈਂ ਗਰਮ ਪਾਣੀ ਪੀਣਾ ਹੀ ਪੀਣਾ ਵਾ। ਜੇ ਤੁਹਾਡੇ 'ਚ ਕੋਈ ਨਹੀਂ ਪੀਂਦਾ ਤਾਂ ਉਹ ਸਟਾਰਟ ਕਰ ਲਓ, ਤੁਹਾਨੂੰ ਬਹੁਤ ਅਗਰ ਤੁਹਾਨੂੰ ਫੇਸ ਦੀਆਂ ਕੋਈ ਪ੍ਰੋਬਲਮ ਹੈਗੀਆਂ, ਗਰਮ ਪਾਣੀ ਪੀਣ ਨਾਲ ਵੀ ਤੁਹਾਡੇ ਸੈੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸੋ ਇਹ ਜੀ ਮੁੰਡਿਆਂ ਲਈ ਵੀ ਹੈ ਜੀ, ਇਕੱਲੀਆਂ ਕੁੜੀਆਂ ਲਈ? ਡਾਕਟਰ ਬਿੰਦੂ ਨੇ ਰੁਲਾ ਜੀ। ਓਕੇ, ਅਵਨੀਤ ਨੇ ਪੁੱਛਿਆ ਤੁਹਾਡੇ ਦੋਨਾਂ ਦੀ ਏਜ ਕਿੰਨੀ ਹੈ? ਚਲੋ ਮੈਂ ਤਾਂ ਆਪਣੀ ਦੱਸ ਸਕਦਾ, ਜੀ ਇਹ ਨਹੀਂ ਦੱਸਣੀ, ਅੰਦਾਜ਼ਾ ਫਿਰ ਸਭ ਨੇ ਲਾ ਲਿਆ। ਮੇਰੀ 46, ਮੇਰੀ 45। ਸੋ ਗਾਇਸ, ਮੋ ਪਾਪਾ ਦੀ ਏਜ ਤੁਸੀਂ ਤੁਹਾਨੂੰ ਪਤਾ ਲੱਗ ਗਈ ਹੁਣ। ਤੁਹਾਨੂੰ ਤੁਸੀਂ ਸਾਰਿਆਂ ਨੇ ਮੈਨੂੰ ਪਤਾ ਕੀ ਕਮੈਂਟ ਕਰਨੇ ਆ, ਯਾਰ ਇਹਨੇ ਯੰਗ ਕਿਵੇਂ ਲੱਗਦੇ ਹੋ ਤੁਸੀਂ। ਸੋ ਨੈਕਸਟ ਕੁਐਸਚਨ ਸੀਆ ਵੱਲੋਂ, ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਟੱਡੀ ਕਿੱਥੋਂ ਕੀਤੀ ਸੀ?
ਮੈਂ ਸਟੱਡੀ ਕੀਤੀ ਸੀਗੀ DAV ਕਾਲਜ ਜਗਰਾਉਂ ਪਲੱਸ 2 ਦੀ, ਉਦੋਂ ਪਹਿਲਾਂ ਸਨਮਤੀ ਸਕੂਲ ਸੀਗਾ ਆਪਣੇ ਜਗਰਾਉਂ ਦੇ ਵਿੱਚ ਹੀ। ਤੇ ਮੰਮਾ? ਮੈਂ ਮੋਗੇ ਤੋਂ। ਓਕੇ, ਸੋ ਨੈਕਸਟ ਕੁਐਸਚਨ ਹੈਗਾ ਪੱਟੀ ਵੱਲੋਂ, ਉਹਨਾਂ ਨੇ ਪੁੱਛਿਆ ਵੀ ਮੋਮ ਡੈਡ ਕੈਨੇਡਾ 'ਚ ਖੁਸ਼ ਨੇ ਜਾਂ ਨਹੀਂ, ਤੇ ਪੰਜਾਬ ਦੀ ਯਾਦ ਆਉਂਦੀ ਆ ਕਿ ਨਹੀਂ, ਇਹ ਇਹਨਾਂ ਕੀ ਦੱਸਿਓ। ਅਸੀਂ ਬੱਚਿਆਂ ਕੋਲੇ ਆਏ ਹਾਂ ਤਾਂ ਕਰਕੇ ਬਹੁਤ ਖੁਸ਼ ਹਾਂ, ਤੇ ਆਪਣੇ ਮਾਂ ਪਿਓ ਤੋਂ ਦੂਰ ਆ ਤਾਂ ਕਰਕੇ ਬਹੁਤ ਉਦਾਸ ਵੀ ਆ। ਹੁਣ ਦੋਨੇ ਚੀਜ਼ਾਂ ਦੀ ਆਪ ਸਮਝ ਲਓ। ਪੰਜਾਬ ਦੀ ਯਾਦ ਹਰ ਪੰਜਾਬੀ ਨੂੰ ਆਉਂਦੀ ਹੈ, ਜਿਹੜਾ ਪੰਜਾਬੀ ਵੀ ਕੈਨੇਡਾ ਵਿੱਚ ਆਇਆ ਦਿਲ ਉਹਦਾ ਪੰਜਾਬ 'ਚ ਹੀ ਰਹਿ ਜਾਂਦਾ। ਸੋ ਨੈਕਸਟ ਕੁਐਸਚਨ ਹੈਗਾ ਵਾ, ਉਹਨਾਂ ਦਾ ਯੂਜ਼ਰ ਕਰਕੇ ਲਿਖਿਆ ਆ ਰਿਹਾ ਸੀ ਨਾਮ, ਤਾਂ ਮੈਨੂੰ ਨਾਮ ਨਹੀਂ ਪਤਾ, ਤੇ ਉਹਨਾਂ ਨੇ ਪੁੱਛਿਆ ਸੀ ਵੀ ਤੁਸੀਂ ਕੈਨੇਡਾ 'ਚ ਆਪਦਾ ਟਾਈਮ ਸਪੈਂਡ ਕਿਵੇਂ ਕਰਦੇ ਹੋ ਫ੍ਰੀ ਟਾਈਮ 'ਚ। ਟਾਈਮ ਸਪੈਂਡ ਬਿੰਦੂ ਕੋਲ ਬਹੁਤ ਵਧੀਆ ਸਿਸਟਮ ਹੈਗਾ, ਕਿ ਲੜਾਈ ਪਾ ਲੈਂਦੀ ਆ ਉਹ 2-3 ਘੰਟੇ ਲੜੀ ਜਾਂਦੀ ਇਹਦਾ ਟਾਈਮ ਪਾਸ ਹੋ ਜਾਂਦਾ ਵਧੀਆ। ਮੇਰਾ ਹੈਗਾ ਟਾਈਮ ਪਾਸ ਕਰਨ ਦਾ ਤਰੀਕਾ, ਮੈਂ ਕਿਚਨ 'ਚ ਆ ਜਾਂਦਾ, ਅਤੇ ਵੈਸੇ ਸਹੀ ਦੱਸਦਾ ਤੁਹਾਨੂੰ ਜਿਹੜਾ ਸਹੀ ਟਾਈਮ ਸਪੈਂਡ ਹੁੰਦਾ, ਬੱਚੇ ਸਾਨੂੰ ਹਰ ਦੂਜੇ ਦਿਨ ਕਿਤੇ ਨਾ ਕਿਤੇ ਲੈ ਜਾਂਦੇ ਆ। ਪਹਿਲਾਂ ਅਸੀਂ ਉੱਥੇ ਗਏ ਸੀ ਮੋਂਟਰੀਅਲ, ਫਿਰ ਸਰੀ ਚਲੇ ਗਏ, ਫਿਰ ਨਾਇਗਰਾ ਚਲੇ ਗਏ, ਫਿਰ ਇੱਥੇ ਆਸੇ ਪਾਸੇ ਜੋ ਵੀ ਬ੍ਰੈਂਪਟਨ 'ਚ ਹੈਗਾ ਸਾਰਾ ਦਿਖਾ ਰਹੇ ਆ ਬੱਚੇ ਸਾਨੂੰ। ਕਦੀ ਸ਼ੋਪਿੰਗ ਵੀ ਲੈ ਜਾਂਦੇ ਨੇ, ਫਿਰ ਸਾਨੂੰ ਦੋਨਾਂ ਨੂੰ ਸ਼ੌਂਕ ਹੈ ਕੁਕਿੰਗ ਦਾ, ਰੋਜ ਦੁਪਹਿਰੇ ਸ਼ਾਮ ਨੂੰ ਰੀਤ ਰੀਲਸ ਬਣਾਉਂਦੀ ਆ, ਤੇ ਮੰਮਾ ਤੁਸੀਂ ਕੰਮ ਕਰਦੇ ਹੋ ਤੇ ਤੁਹਾਡੀ ਲੜਾਈ ਨੀ ਹੁੰਦੀ, ਤੁਸੀਂ ਡਾਂਟਦੇ ਨੀ? ਰੀਤ ਨਾਲ ਇਹਦੀ ਬੌਂਡਿੰਗ ਬਹੁਤ ਜ਼ਬਰਦਸਤ ਆ, ਇਹ ਦੋਨੇ ਰਲ ਕੇ ਸੈਮ ਨੂੰ ਕੁੱਟ ਦਿੰਦੀ ਹੈ, ਮੈਨੂੰ ਕੁੱਟ ਦਿੰਦੀ, ਪਰ ਆਪਸ ਚ ਕਦੀ ਨੀ ਲੜਦੀ ਹੈ। ਰੋਟੀ ਤੇਰੀ ਓਵੀ ਪਈ ਆ, ਆ ਤੇਰਾ ਜੂਸ ਓਵੀ ਪਿਆ, ਇੱਕ ਆਮਲਾ ਕਹਿੰਦੀ ਪਈ, ਸਾਡੀ ਬਹੁਤ ਲੜਾਈ ਹੁੰਦੀ। ਉਹ ਮੈਨੂੰ ਸਵਾਲ ਨਹੀਂ ਲੱਗਦੀ ਗਾਇਸ, ਮੈਨੂੰ ਆਮਲਾ ਕੈਂਡੀ ਖਵਾਉਣਾ ਇਹ ਖਾਂਦੀ ਨਹੀਂ, ਫਿਰ ਸਾਡੀ ਲੜਾਈ ਹੁੰਦੀ ਆ। ਬਟ ਉਹ ਖਾਣੀ ਜ਼ਰੂਰੀ ਆ, ਸਾਰਿਆਂ ਨੂੰ ਮੈਂ ਦੱਸ ਦਵਾਂ, ਮੈਂ ਨਾ ਜਦੋਂ ਮਤਲਬ ਮੈਂ 25 ਏਜ ਦੀ ਸੀਗੀ, ਮੈਂ ਉਦੋਂ ਤੋਂ ਹੀ ਸਟਾਰਟ ਕੀਤੀ ਸੀ ਆਮਲਾ ਕੈਂਡੀ। ਮੀਨਸ ਮੇਰੇ ਵਾਲ ਹੁਣ ਥੋੜੇ ਥੋੜੇ ਵਾਈਟ ਆਣੇ, ਗ੍ਰੇ ਹੇਅਰ ਹੁਣ ਆਣੇ ਸ਼ੁਰੂ ਹੋਏ ਆ, ਕਿ ਆਮਲਾ ਦਾ ਇੰਨਾ ਫਾਇਦਾ, ਮੇਰੀ ਆਈਸੈਟ ਵੀ ਹੁਣ ਵੀਕ ਹੋਈ ਆ, ਅਦਰਵਾਈਜ਼ ਮੇਰੇ
ਹੇਅਰ, ਮੇਰੇ ਟੀਥ, ਮੇਰੀ ਆਈ ਸਭ ਬਿਲਕੁਲ ਸੈੱਟ ਪਏ। ਆਂਵਲਾ ਸਰ ਨੂੰ ਬੈਸਟੀ ਆ, ਅਸੀਂ ਲਗਾਤਾਰ 20-25 ਸਾਲ ਤੋਂ ਆਂਵਲਾ ਖਾ ਰਹੇ ਹਾਂ ਲਗਾਤਾਰ। ਮੈਂ ਤਾਂ ਛੋਟੇ ਹੁੰਦੇ ਵੀ ਖਾਂਦਾ ਸੀਗਾ, ਵਿਆਹ ਤੋਂ ਬਾਅਦ ਆਪਾਂ ਲੋਕਾਂ ਨੂੰ ਕੈਂਡੀ ਖਾ ਲੋ, ਪਹਿਲਾਂ ਅਸੀਂ ਮਰੱਬਾ ਖਾ ਰਹੇ ਸੀ ਲਗਾਤਾਰ, ਫਿਰ ਆਂਵਲਾ ਕੈਂਡੀ, ਚਾਹੇ ਆਂਵਲਾ ਜੂਸ ਪੀ ਲੋ, ਕਿਸੇ ਵੀ ਤਰ੍ਹਾਂ ਆਂਵਲੇ ਨੂੰ ਤੁਸੀਂ ਆਪਦੀ ਡਾਈਟ 'ਚ ਸ਼ਾਮਿਲ ਕਰੋ ਤੇ ਜ਼ਰੂਰ ਤੁਹਾਨੂੰ ਫਾਇਦਾ ਜ਼ਰੂਰ ਹੋਏਗਾ ਉਸ ਚੀਜ਼ ਦਾ। ਇੱਕ ਲਾਸਟ ਕੁਐਸਚਨ ਆਪਣਾ, ਬਹੁਤ ਜਣਾਂ ਨੇ ਪੁੱਛਿਆ ਨਾਮ, ਮੈਂ ਦੋ ਜਣਾਂ ਦੀ ਲਿਖ ਪਾਈ ਕਾਲੀ ਕਾਲੀ ਚ, ਖੁਸ਼ੀ ਸੰਜਨਾ, ਉਹਨਾਂ ਨੇ ਖੁਸ਼ੀ ਪੰਜਾਬਣ, ਨਹੀਂ ਪਾਪਾ ਕੋਈ, ਆਈ ਡੋਨਟ ਨੋ ਕੌਣ ਹੈ, ਖੁਸ਼ੀ ਜਰੂਰਾ, ਜਿੰਨਾ ਨੂੰ ਇਹ ਜਾਣਦੇ ਨਾ ਉਹਨਾਂ ਸਭ ਦਾ ਨਾਮ ਬੋਲ ਦਿੰਦੇ ਆ ਹਨਾ। ਉਹਨਾਂ ਨੇ ਪੁੱਛਿਆ ਵੀ ਮਮ ਡੈਡ ਪਰਮਨੈਂਟ ਇੰਡੀਆ ਆ ਰਹੇ ਆ ਜਾਂ ਨਹੀਂ, ਜੇ ਆ ਰਹੇ ਆ ਤਾਂ ਰੀਜ਼ਨ। ਮੋਮ ਡੈਡ ਇਸ ਲਈ ਆ ਰਹੇ ਆ ਕਿਉਂਕਿ ਉਹਨਾਂ ਨੂੰ ਆਪਦੇ ਮੋਮ ਡੈਡ ਨਾਲ ਪਿਆਰ ਆ ਰਹੇ ਹੋਏ, ਇੱਕ ਉਹਨਾਂ ਪਰਮਨੈਂਟ ਜਾ ਰਹੇ ਆ, ਪਰਮਨੈਂਟ ਜਾ ਰਹੇ ਆ ਇੰਡੀਆ, ਇੰਡੀਆ ਵਾਪਸ ਅਸੀਂ ਆ ਰਹੇ ਆ, ਇੱਥੋਂ ਜਾ ਰਹੇ ਆ। ਉਹ ਇਸ ਲਈ ਜਾ ਰਹੇ ਆ ਕਿਉਂਕਿ ਸਾਡੀ ਮੰਮਾ ਪਾਪਾ ਨਾਲ ਵੀ ਬੋਨਡਿੰਗ ਬਹੁਤ ਵਧੀਆ, ਉੱਥੇ ਫੈਮਿਲੀ ਬਹੁਤ ਵੱਡੀ ਆ। ਕੋਸ਼ਿਸ਼ ਕਰਾਂਗੇ ਜੇ ਇਹ ਮੰਨ ਗਏ ਤਾਂ ਅਸੀਂ ਇਹਨਾਂ ਨੂੰ ਵੀ ਉੱਥੇ ਲੈ ਜਾਣਾ, ਜਾਂ ਉੱਥੇ ਰੱਖ ਲਾਂਗੇ ਜਦੋਂ ਆਏ, ਅਸੀਂ ਆਉਣ ਨਹੀਂ ਦੇਣਾ। ਮਤਲਬ ਅਸੀਂ ਇੱਥੋਂ ਜਾ ਹੀ ਰਹੇ, ਰੀਜ਼ਨ ਦੱਸ ਦਿਓ, ਰੀਜ਼ਨ ਤੁਸੀਂ ਦੱਸਤਾ। ਰੀਜ਼ਨ ਮੇਨ ਇਹੀ ਹੈ, ਫੈਮਿਲੀ ਮੇਨ ਤਾਂ ਫੈਮਿਲੀ ਆ ਸਾਡੀ, ਉੱਥੇ ਫੈਮਿਲੀ ਬਹੁਤ ਵੱਡੀ ਫੈਮਿਲੀ ਆ, ਤੇ ਸੈਮਰੀਤ ਕਦੀ ਆਇਆ ਕਰਨਗੇ ਕਦੀ ਜਾਇਆ ਕਰਨਗੇ, ਬਟ ਅਸੀਂ ਕਦੀ ਕਦੀ ਆਇਆ ਕਰਾਂਗੇ ਸਾਲ ਬਾਅਦ। ਸਾਨੂੰ ਤਾਂ ਦੋਨੋਂ ਨੂੰ 2 ਸਾਲ ਤੋਂ ਉੱਪਰ ਹੋ ਗਏ ਮਿਲਿਆ ਨੂੰ ਸਾਡੇ, ਉਹੀ ਆ ਨਾ ਫਿਰ ਦੇਖੋ ਹੁਣ ਇਹਨਾਂ ਨੂੰ ਸੈਮਰੀਤ ਨੂੰ 2 ਸਾਲ 2.5 ਸਾਲ ਹੋ ਗਏ, ਰੀਤ ਨੂੰ ਤਾਂ 2.5 ਸਾਲ ਹੀ ਹੋ ਗਏ, ਕਿਸੇ ਨੂੰ ਮਿਲ ਕੇ ਨਹੀਂ ਆਈ, ਤੇ ਆਪਣੀ ਫੈਮਿਲੀ ਤੋਂ ਅਲੱਗ ਰਹਿਣਾ ਬਹੁਤ ਔਖਾ, ਇੱਦਾਂ ਹੀ ਅਸੀਂ ਆਪਣੇ ਮੰਮੀ ਡੈਡੀ ਨਾਲ ਨਹੀਂ ਰਹਿ ਸਕਦੇ। ਸੋ ਗਾਇਸ, ਤੁਹਾਨੂੰ ਲਾਸਟ ਕੁਐਸਚਨ ਦਾ ਵੀ ਆਨਸਰ ਮਿਲ ਗਿਆ, ਤੇ ਮੰਮਾ ਪਾਪਾ ਤੁਹਾਨੂੰ ਕੁਐਸਚਨਸ ਕਿੱਦਾਂ ਲੱਗੇ ਸਾਰਿਆਂ ਦੇ? ਵਧੀਆ ਲੱਗੇ, ਵਧੀਆ ਲੱਗੇ। ਸੋ ਗਾਇਸ, ਅਸੀਂ ਕਮੈਂਟ ਕਰਦੇ ਹਾਂ ਕਿ ਤੁਸੀਂ, ਅਸੀਂ ਕਹਿੰਦੇ ਹਾਂ ਕਿ ਤੁਸੀਂ ਕਮੈਂਟ ਕਰੋ ਵੀ ਨੈਕਸਟ ਵਲੌਗ ਅਸੀਂ ਕਿਹੜੀ ਚੀਜ਼ ਦਾ ਲੈ ਕੇ ਆਈਏ। ਸੋ ਅਸੀਂ ਤੁਹਾਡੇ ਕਮੈਂਟਸ ਦੀ ਵੇਟ ਕਰਾਂਗੇ, ਤੇ ਆਈ ਹੋਪ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ, ਤੇ ਥੈਂਕ ਯੂ ਸੋ ਮੱਚ। ਥੈਂਕ ਯੂ।